तुद आगे अरदास हमारी जियो पिंड सब तेरा कहो नानक सब तेरी वडियाई कोई नाओ ना जाने मेरा जो तेरी शरनाई हर दियो तिन तू तिन तू राखन जो तुद जे वड़ जो
ਲਾਗੀ ਪ੍ਰੀਤ ਸੁਜਾਨ ਸਿਓ ਲਾਗੀ ਪ੍ਰੀਤ ਸੁਜਾਨ ਸਿਓ ਵਰਤੇ ਮੋਤ ਅਜਾਨ ਬਾਪ ਹਮਾਰਾ ਸਦ ਚਰਨਜੀਵੀ ਬਾਪ ਹਮਾਰਾ ਸਦ ਚਰਨਜੀਵੀ ਪਾਈ ਹਮਾਰੇ ਸਦ ਹੀ ਜੀਵੀ ਪਾਈ ਹਮਾਰੇ ਸਦ ਹੀ
Thank you.
बाज हमारी था की सा सोई जाने
सोई जाने
सहसा तोड़े परम चुकाए सहजे सिफती तन तुझाए सहसा तोड़े परम चुकाए सहजे So
ਕਸਾਈਆਂ ਦਾ ਸਹਿਣਾ ਡਿੰਗ ਕਸਾਈਆਂ ਦਾ ਸਹਿਣਾ ਮਿੱਤਰ ਪਿਆਰੇ ਹਾਲ ਮੁਰੀਦਾਂ ਦਾ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਟਖੇੜਿਆਂ ਦਾ ਰਹਿਣਾ।
ਸੁਗੁਰੂ ਪਿਆਰੀ ਸਤਿ ਸੰਗਤ ਜੀਓ, ਕੀਰਤਨ ਦੁਆਰਾ ਇਤਨਿਕ ਸੇਵਾ ਪ੍ਰਵਾਨ ਕਰਨੀ ਜੀ, ਦਸਰਿਆਂ ਕੋਲੋਂ ਕੀਰਤਨ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹਨ। ਗੁਰੂ ਪਿਤਾ ਸਰਬੱਤ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਗੁਰੂ ਪਿਆਰਿਓ, ਇਹ ਪੁਰਬ ਮਨਾਏ ਇਹ ਇਸ ਕਰਕੇ ਜਾਂਦੇ ਹਨ ਕਿ ਕਿਸੇ ਦੇ ਮਨ ਨੂੰ ਸ਼ਬਦ ਦੀ ਚੋਟ ਲੱਗ ਜਾਵੇ, ਉਸ ਇਤਿਹਾਸ ਦੇ ਕੋਈ ਐਸੇ ਪੰਨੇ ਛੂਹੇ ਜਾਣ ਜਿਹਦੇ ਨਾਲ ਸਾਡਾ ਸੁੱਤਾ ਹੋਇਆ ਮਨ ਜਾਗ ਪਵੇ। ਕਿਉਂਕਿ ਪਹਿਲਾਂ ਤਿਆਰੀ ਮਨ ਦੀ ਹੈ, ਉਸ ਤੋਂ ਬਾਅਦ ਤਨ ਤੇ ਲਗਭਗ ਸਾਰਿਆਂ ਦੇ ਇੱਕੋ ਜਿਹੀ ਹਨ। ਪੰਜ ਭੂਤਕ ਸਰੀਰ ਹੈ, ਤਿਆਰੀ ਮਨ ਦੀ ਹੈ। ਜਦੋਂ ਮਨ ਸਿਰ ਧਰ ਤਲੀ ਗਲੀ ਮੇਰੀ ਆਓ ਦੀ ਗੱਲ ਹੈ, ਜੇ ਮਨ ਦੀ ਤਿਆਰੀ ਹੈ ਤੇ ਫੇਰ ਹੀ ਸਿਰ ਦਿੱਤਾ ਜਾਵੇਗਾ। ਮਤ ਆਪਣੀ ਜਿਹੜੀ ਹੈ ਇਹਨੂੰ ਖਤਮ ਕਰਨਾ, ਗੁਰੂ ਨੂੰ ਸਿਰ ਦੇਣਾ, ਇਹਦਾ ਮਤਲਬ ਕੀ ਹੈ? ਆਪਣੀ ਮਤ ਨੂੰ ਤਿਆਗ ਦੇਣਾ, ਮਨ ਦੀ ਮਤ ਨੂੰ ਤਿਆਗ ਦੇਣਾ। ਤੇ ਇਹ ਰਸਤਾ ਹੈ ਪਿਆਰ ਦਾ। ਦੁਨੀਆਂ ਦੇ ਵਿੱਚ ਹੋਰ ਕੋਈ ਵੀ ਐਸੀ ਜੁਗਤੀ ਨਹੀਂ ਹੈ ਜਿਹਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋਵੇ ਜਾਂ ਜੀਵਨ ਸਫਲਾ ਹੋ ਸਕਦਾ ਹੋਵੇ। ਇੱਕੋ ਹੀ ਰਸਤਾ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਸੀਂ ਸਰੀਰ ਕਰਕੇ ਗੁਰੂ ਘਰ ਆ ਜਾਂਦੇ ਹਾਂ, ਮੇਰੇ ਵਰਗੇ ਦਿਖਾਵਾ ਵੀ ਕਰਦੇ ਆ, ਪਰ ਇਸ ਸੱਚੇ ਦਰਬਾਰ ਦੇ ਵਿੱਚ ਕੋਈ ਚਲਾਕੀ ਕੋਈ ਦਿਖਾਵਾ ਨਹੀਂ ਚੱਲਦਾ। ਇੱਥੇ ਗੱਲ ਹੈ ਪਿਆਰ ਦੀ, ਤੇ ਜਿਹਦੇ ਨਾਲ ਪਿਆਰ ਹੋਵੇ ਉਹਦੀ ਕੋਈ ਵੀ ਗੱਲ ਮੋੜਨ ਦੀ ਜ਼ਰੂਰਤ ਨਹੀਂ ਪੈਂਦੀ ਮਨ ਨੂੰ। ਮੈਂ ਸਿਰਫ ਇੱਕ ਦੋ ਮਿੰਟ ਆਪ ਜੀ ਦੇ ਕੀਮਤੀ ਲੈਣੇ, ਜੋ ਸੁਨੇਹਾ ਜੋ ਚੌਂਕੀਦਾਰ ਦਾ ਫਰਜ਼ ਹੈ ਹੌਕਾ ਦੇਣਾ। ਸਾਡਾ ਮਨ ਨਹੀਂ ਪੂਰੀ ਉਮਰ ਜਦੋਂ ਤੱਕ ਅਸੀਂ ਚਿਖਾ ਤੇ ਨਹੀਂ ਪੈ ਜਾਂਦੇ, ਅੰਦਰੋਂ ਕੋਈ ਨਾ ਕੋਈ ਡਿਮਾਂਡ, ਕੋਈ ਨਾ ਕੋਈ ਆਪਣੀ ਹੁਜਤ ਬਹਾਨੇਬਾਜ਼ੀ ਕਰਦਾ ਹੀ ਰਹਿੰਦਾ। ਗੁਰੂ ਵਾਲੇ ਬਣਨ ਤੋਂ ਸਾਨੂੰ ਕੌਣ ਰੋਕਦਾ ਹੈ? ਸਿਰਫ ਸਾਡਾ ਮਨ ਨਹੀਂ ਹੈ, ਇਹ ਹੁਜਤਾਂ ਕਰਦਾ ਰਹਿੰਦਾ। ਔਰ ਇਹ ਗੱਲਾਂ ਤੁਸੀਂ ਕਾਫੀ ਵਾਰ ਸੁਣੀਆਂ ਵੀ ਹੈ, ਪਰ ਕਈ ਵਾਰ ਰਿਪੀਟ ਕਰਨ ਦੇ ਨਾਲ ਮਨ ਨੂੰ ਠੋਕਰ ਵੱਜਣ ਦੀ ਕਈ ਵਾਰ ਸਮਾਂ ਐਸਾ ਬਣਿਆ ਹੁੰਦਾ। ਸ਼ਬਦ ਦੇ ਕਰਕੇ ਬਹਾਨੇ ਗਿਣੇ ਚੁਣੇ ਸਾਡੇ ਕੋਲ ਸਾਰਿਆਂ ਕੋਲ ਲਗਭਗ ਹੈਗੇ ਆ। ਮਨ ਸਾਫ਼ ਚਾਹੀਦਾ, ਅਮਰ ਛਕਣ ਦੀ ਕੀ ਲੋੜ ਹੈ? ਰਹਿਤ ਬਹਿਤ ਵਿੱਚ ਪੱਕੇ ਹੋ ਜਾਈਏ ਜਾਂ ਅਮਰ ਛਕੇ ਵਾਲੇ ਵਰਗੇ ਹੀ ਅਸੀਂ ਕਿਹੜਾ ਕੁਛ ਖਾਂਦੇ ਪੀਂਦੇ, ਇਹ ਗੁਣੇ ਗਿਣੇ ਚੁਣੇ ਬਹਾਨੇ ਆ। ਔਰ ਇਸ ਸੱਚੇ ਦਰਬਾਰ 'ਚ ਐਸਾ ਕੋਈ ਬਹਾਨਾ ਨਹੀਂ ਚੱਲਦਾ। ਜਦੋਂ ਅਸੀਂ ਕਹਿੰਦੇ ਮਨ ਸਾਫ਼ ਚਾਹੀਦਾ ਹੈ, ਤੇ ਅਸੀਂ ਇਨਡਾਇਰੈਕਟਲੀ ਇਹ ਗੱਲ ਕਹਿ ਰਹੇ ਹੁੰਦੇ ਹਾਂ ਕਿ ਹੇ ਸਾਹਿਬਜ਼ਾਦਿਓ, ਹੇ ਦਸਮੇਸ਼ ਪਿਤਾ ਜੀ, ਤੁਹਾਡਾ ਮਨ ਸਾਫ਼ ਨਹੀਂ ਸੀ, ਇਸ ਕਰਕੇ ਤੁਹਾਨੂੰ ਅੰਮ੍ਰਿਤ ਛਕਣ ਦੀ ਲੋੜ ਪਈ, ਮੇਰਾ ਮਨ ਸਾਫ਼ ਹੈ। ਇਹ ਅਸੀਂ ਇਨਡਾਇਰੈਕਟਲੀ ਤੌਰ 'ਤੇ ਅਸੀਂ ਇਹ ਗੱਲ ਕਹਿ ਰਹੇ ਹੁੰਦੇ ਹਾਂ। ਅਸੀਂ ਸੋਚਦੇ ਨੇ ਵੀ ਅਸੀਂ ਕਹਿ ਕੀ ਰਹੇ ਹਾਂ। ਕਿਸੇ ਗੁਰਮੁਖ ਨੂੰ ਕਿਸੇ ਨੇ ਸਵਾਲ ਕੀਤਾ ਕਿ ਇੱਕ ਬੰਦਾ ਕਲੀਨ ਸ਼ੇਪ ਹੈ, ਗੁਰੂ ਵਾਲਾ ਨਹੀਂ ਬਣਿਆ, ਉਹ ਬੜੇ ਚੰਗੇ ਕੰਮ ਕਰਦਾ ਹੈ, ਸੇਵਾ ਕਰਦਾ ਹੈ, ਕਿਸੇ ਦਾ ਬੁਰਾ ਨਹੀਂ ਕਰਦਾ, ਤੇ ਇੱਕ ਨੇ ਬਾਣਾ ਪਾਇਆ, ਗੁਰੂ ਵਾਲਾ ਬਣਿਆ, ਅੰਮ੍ਰਿਤ ਛਕਿਆ, ਉਹ ਚੰਗੇ ਕੰਮ ਨਹੀਂ ਕਰ ਰਿਹਾ, ਉਹ ਜੋ ਮਾਰਗ ਦੱਸਿਆ ਹੈ ਉੱਤੇ ਨਹੀਂ ਚੱਲ ਰਿਹਾ, ਤੇ ਇਹਨਾਂ ਵਿੱਚੋਂ ਚੰਗਾ ਕਿਹੜਾ ਹੋਇਆ ਦੋਵਾਂ ਵਿੱਚੋਂ? ਤੇ ਉਸ ਗੁਰਮੁਖ ਨੇ ਬੜਾ ਸੋਹਣਾ ਜਵਾਬ ਦਿੱਤਾ, ਕਹਿੰਦਾ ਇਹ ਦੋਨੇ ਹੀ ਅਧੂਰੇ ਆ, ਕਰਮ ਵੀ ਵੈਸੇ ਚਾਹੀਦੇ ਹਨ,
ਗੁਰੂ ਪਿਆਰਿਓ ਜੀਵਨ ਬੜਾ ਹੀ ਅਮੋਲਕ ਹੈ, ਬਹੁਤ ਅਮੋਲਕ ਹੈ, ਦੁਬਾਰਾ ਹੱਥ ਨਹੀਂ ਆਉਣਾ। ਇਸ ਕਰਕੇ ਇਹ ਸਮਾਂ ਮਿਲਿਆ ਹੈ ਸਿਰਫ ਸਾਨੂੰ ਗੁਰੂ ਵਾਲੇ ਬਣ ਕੇ ਅੰਮ੍ਰਿਤ ਛੱਕ ਕੇ ਖੰਡੇ ਬਾਟ ਦੀ ਪੌਲ ਲੈ ਕੇ। ਖੰਡੇ ਬਾਟ ਦੀ ਪੌਲ ਲੈਣੀ ਕਿਉਂ ਜ਼ਰੂਰੀ ਹੈ, ਗੁਰੂ ਵਾਲਾ ਬਣਨਾ ਕਿਉਂ ਜ਼ਰੂਰੀ ਹੈ? ਕਿਉਂਕਿ ਜਦੋਂ ਅਸੀਂ ਗੁਰੂ ਵਾਲੇ ਬਣਦੇ ਹਾਂ, ਪੰਜਾਂ ਪਿਆਰਿਆਂ ਦੇ ਰੂਪ ਚ ਸਤਿਗੁਰੂ ਜੀ ਸਾਨੂੰ ਗੁਰਮੰਤਰ ਦੀ ਬਖਸ਼ਿਸ਼ ਕਰਦੇ ਹਨ। ਜਿਸ ਗੁਰਮੰਤਰ ਨੂੰ ਅਸੀਂ ਜਪ ਕੇ ਦੱਸੀ ਹੋਈ ਮਰਿਆਦਾ ਤੇ ਚੱਲ ਕੇ ਅਸੀਂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ, ਆਪਣੇ ਜਨਮ ਨੂੰ ਸਫਲਾ ਕਰਨਾ, ਉਹ ਵੱਖਰੀ ਗੱਲ ਹੈ ਕਿ ਸਾਡੇ ਮਨ ਦੇ ਵਿੱਚ ਪੂਰੀ ਉਮਰ ਇਹ ਖਿਆਲ ਹੀ ਨਹੀਂ ਆਉਂਦਾ ਕਿ ਅਸੀਂ ਪਰਮੇਸ਼ਰ ਨੂੰ ਮਿਲਣਾ ਹੈ, ਕੋਈ ਵਿਰਲੀ ਭਾਗਾਂ ਵਾਲੀ ਰੂਹ ਹੁੰਦੀ ਹੈ। ਇਸ ਕਰਕੇ ਗੁਰੂ ਵਾਲੇ ਬਣਨਾ ਸਭ ਤੋਂ ਜ਼ਰੂਰੀ ਇਸ ਮਨੁੱਖਾ ਜਨਮ ਦਾ ਕਰਮ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਆਪ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਖੰਡੇ ਬਾਟੇ ਦੀ ਪਹੁਲ ਆਪਣੇ ਚਰਨਾਂ ਦਾ ਪਿਆਰ ਬਖਸ਼ ਕੇ ਨਿਹਾਲ ਕਰਨ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਰਬੱਤ ਸੰਗਤਾਂ ਦਾ, ਸਮੂਹ ਗੁਰਮੁਖ ਪਿਆਰੇ ਪ੍ਰਬੰਧਕਾਂ ਦਾ, ਜਿਨ੍ਹਾਂ ਤੇ ਸਤਿਗੁਰਾਂ ਨੇ ਰਹਿਮਤ ਕੀਤੀ, ਸੋਹਣੇ ਸਤਸੰਗਤ ਦੇ ਮਾਹੌਲ ਬਣਾਏ, ਮਹਾਨ ਸ਼ਹੀਦਾਂ ਨੂੰ ਯਾਦ ਕਰਨ ਦਾ ਇਹ ਸਮਾਂ ਬਣਾਇਆ। ਸਤਿਗੁਰ ਜੀ ਬਖਸ਼ਿਸ਼ ਕਰਨ, ਗੁਰੂ ਪੰਥ ਦੀ ਸੇਵਾ ਹੋਰ ਚੜ੍ਹਦੀ ਕਲਾ ਵਿੱਚ ਕਰਨ ਦੀ ਸਮਰੱਥਾ ਬਖਸ਼ਣ, ਹੋਈਆਂ ਭੁੱਲਾਂ ਦੀ ਖੇਮਾ ਕਰ ਦੇਣੀ। ਗੁਰੂ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਸਾਧ ਸੰਗਤ ਜੀ, ਭਾਈ ਸੁਰਿੰਦਰ ਸਿੰਘ ਜੀ, ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਨੇ ਇੱਕ ਘੰਟੇ ਦੇ ਸਮੇਂ ਦੇ ਦੌਰਾਨ ਆਪ ਜੀ ਨੂੰ ਪਰਮ ਪਿਤਾ ਦੇ ਨਾਲ ਜੋੜਿਆ। ਦਾਸ ਦੇ ਕੋਲ ਤਾਂ ਕੋਈ ਸ਼ਬਦ ਅਜਿਹੇ ਹੈ ਨਹੀਂ ਕਿ ਜਿਨ੍ਹਾਂ ਦੇ ਦੁਆਰਾ ਇਹਨਾਂ ਦਾ ਧੰਨਵਾਦ ਕੀਤਾ ਜਾ ਸਕੇ। ਇੰਜ ਆਪਦਾ ਕਿ ਸਮੁੱਚੀ ਸਾਧ ਸੰਗਤ ਪੂਰੇ ਰੂਪ ਦੇ ਵਿੱਚ ਇਹਨਾਂ ਦੇ ਨਾਲ ਸ਼ਬਦ ਗਾਇਨ ਕਰ ਰਹੇ ਸੀ। ਇਹਨਾਂ ਦਾ ਕਮੇਟੀ ਦੇ ਵੱਲੋਂ, ਆਪ ਸਾਰਿਆਂ ਦੇ ਵੱਲੋਂ ਕੋਟ ਕੋਟ ਧੰਨਵਾਦ। ਪਰਮ ਸਤਿਕਾਰ ਜੋ ਸਾਧ ਸੰਗਤ ਜੀ, ਅੱਜ ਅਸੀਂ ਜੋੜ ਮੇਲੇ ਦੇ ਆਖਰੀ ਪੜਾਅ ਵਿੱਚ ਹੈ। ਬਹੁਤ ਹੀ ਹਰਮਨ ਪਿਆਰੇ ਤੇ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਜਸਵੀਰ ਸਿੰਘ ਜੀ ਮੋਹਲੋ ਕੇ ਅੰਮ੍ਰਿਤਸਰ ਆਪਣੇ ਸਾਥੀਆਂ ਸਮੇਤ ਤਿਆਰ ਪੋ ਤਿਆਰ ਬੈਠੇ ਹਨ। ਪਰਮ ਸਤਿਕਾਰ ਜੋ ਸਾਧ ਸੰਗਤ ਜੀ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਤੁਸੀਂ ਸਾਰੇ ਜਾਣਦੇ ਹੋ 22 ਦਸੰਬਰ ਨੂੰ ਚਮਕੌਰ ਦੀ ਜਿਹੜੀ ਜੰਗ ਹੈ, ਦੁਨੀਆਂ ਦੇ ਇਤਿਹਾਸ ਵਿੱਚ ਇੱਕ ਬੇਮੇਚੇ ਦੀ ਜੰਗ ਹੈ। ਦਸਮ ਪਾਤਸ਼ਾਹ ਜੀ ਇੱਕ ਦਿਨ ਪਹਿਲਾਂ ਹੀ ਸ਼ਾਮ ਨੂੰ ਸਿੰਘਾਂ ਦੇ ਸਮੇਤ ਚਮਕੌਰ ਦੀ ਧਰਤੀ ਦੇ ਵਿੱਚ ਬਾਗ ਦੇ ਵਿੱਚ ਡੇਰੇ ਲਾ ਚੁੱਕੇ ਸਨ। ਸਵੇਰ ਤੋਂ ਹੀ 22 ਦਸੰਬਰ ਨੂੰ ਜੰਗ ਜਿਹੜਾ ਸ਼ੁਰੂ ਹੋ ਚੁੱਕਾ ਸੀ। ਜੰਗ ਦੇ ਬੇਮੇਚੇ ਦੇ ਬਾਰੇ ਆਪ ਜੀ ਜਾਣਦੇ ਹੋ ਕਿ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦੇ ਜੁਆਲ ਸਿੰਘ ਅਤੇ ਗੁਰੂ ਸਾਹਿਬ ਤੋਂ ਬਿਨਾਂ ਲਗਭਗ ਕੋਈ 40 ਸਿੰਘ ਗੁਰੂ ਸਾਹਿਬ ਜੀ ਦੇ ਨਾਲ ਸਨ।
ਜਿਹੜੀ ਕਿ ਠੰਡ ਦੀ ਰੁੱਤ ਦੇ ਵਿੱਚ ਬਹੁਤ ਹੀ ਔਖੀ ਘੜੀ ਵਿੱਚ ਸਨ। ਪਰਮ ਸਤਿਕਾਰਯੋਗ ਸਾਧ ਸਿੰਘ ਜੀ ਉਸ ਸਮੇਂ ਵੀ ਗੁਰੂ ਸਾਹਿਬ ਜੀ ਦਾ ਅਤੁੱਟ ਵਿਸ਼ਵਾਸ ਪਰਮ ਪਿਤਾ ਦੇ ਨਾਲ ਜੁੜਿਆ ਹੋਇਆ ਸੀ। ਜਿਵੇਂ ਜਿਵੇਂ ਹੁਣ ਭਾਈ ਸੁਰਿੰਦਰ ਸਿੰਘ ਜੀ ਜਥੇ ਨੇ ਮਾਛੀਵਾੜ ਦੇ ਜੰਗਲ ਦੇ ਵਿੱਚ ਬੈਠੇ ਗੁਰੂ ਸਾਹਿਬ ਜੀ ਨੇ ਪਰਮ ਪਿਤਾ ਨੂੰ ਯਾਦ ਕਰਦਿਆਂ ਸ਼ਗੀ ਤੋਂ ਉਚਾਰਨ ਕੀਤਾ ਸੀ। ਇਸੇ ਤਰ੍ਹਾਂ ਪਰਮ ਸਤਿਕਾਰਯੋਗ ਸਾਧ ਸੰਗ ਜੀ ਗੁਰੂ ਸਾਹਿਬ ਨੇ ਸਾਰਾ ਕੁਝ ਖਾਲਸੇ ਤੋਂ ਵਾਰ ਕੇ ਵੀ ਆਪਣਾ ਵਿਸ਼ਵਾਸ ਪਰਮ ਪਿਤਾ ਵਿੱਚ ਨਹੀਂ ਛੱਡਿਆ ਸੀ। ਤੁਸੀਂ ਜਫਰਨਾਮੇ ਨੂੰ ਪੜ੍ਹਦੇ ਹੋ, ਸਾਰਾ ਕੁਝ ਜਾਣਦੇ ਹੋ। ਗੁਰੂ ਸਾਹਿਬ ਫਿਰ ਵੀ ਔਖੀ ਘੜੀ ਦੇ ਵਿੱਚ ਵੀ ਪਰਮ ਪਿਤਾ ਨੂੰ ਯਾਦ ਕਰਦੇ ਹਨ। ਕਮਾਲੇ ਕਰਾਮਾਤ ਕਾ ਜਿਮ ਕਰੀਮ ਰਜਾ ਬਖਸ਼ ਰਾਜ ਗ੍ਰਹਾ ਕੁਰਹੀ, ਇੱਥੇ ਨਹੀਂ ਪਰਮ ਪਿਤਾ ਨੂੰ ਕਹਿੰਦੇ ਹਨ। ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਬਖਸ਼, ਖੁਦਾ ਬੰਦ ਬਖਸ਼ਿੰਦੇ ਐਸ਼ ਵਸ਼, ਕਿ ਉਹ ਪਰਮਾਤਮਾ ਸਾਰਾ ਕੁਝ ਦੇਣ ਵਾਲਾ, ਉਸ ਨੂੰ ਨਾ ਸਾਜਾਂ ਦੀ ਲੋੜ ਹੈ, ਨਾ ਫੌਜਾਂ ਦੀ ਲੋੜ ਹੈ, ਨਾ ਉਸਨੂੰ ਕਿਸੇ ਮੁਲਕ ਦੀ ਲੋੜ ਹੈ। ਪਰਮ ਪਿਤਾ ਜੀ ਨੇ ਨੂੰ ਅਜਿਹੀ ਹਾਲਤ ਵਿੱਚ ਉਹਨਾਂ ਨੇ ਯਾਦ ਰੱਖਿਆ। ਇੱਥੋਂ ਤੱਕ ਨੇ ਬੇਮੇਚੇ ਦੀ ਜੰਗ ਦੇ ਬਾਰੇ ਕੁਝ ਦ੍ਰਿਸ਼ ਨੇ ਜਿਹਨਾਂ ਦੇ ਬਾਰੇ ਭਾਈ ਸੰਤੋਖ ਸਿੰਘ ਜੀ ਹੋਰਾਂ ਵੀ ਲਿਖਦੇ ਨੇ ਕਿ ਉਸ ਵੇਲੇ ਸਿਰਫ ਕੇਵਲ ਅਤੇ ਕੇਵਲ 40 ਸਿੰਘ ਸਨ, ਬਾਕੀ ਜਿਹੜੀ ਲੱਖਾਂ ਦੀ ਤਾਦਾਦ ਜਿਹੜੀ ਹੈ ਦੁਸ਼ਮਣ ਦੀ ਘੇਰਾ ਪਾਈ ਪਹੁੰਚ ਚੁੱਕੀ ਸੀ। ਗੁਰੂ ਸਾਹਿਬ ਆਪ ਲਿਖ ਗੋਸਨਾ ਕਾਰੇ ਕੁੰਦ ਚਿਹਨ ਨਾ ਰਹਿ ਲਖ ਬਰਾਜ ਨੂੰ ਬਰੋ ਵੇ ਖਬਰ। ਇਸ ਤੋਂ ਲੱਗਦਾ ਕਿ 10 ਲੱਖ ਦੀ ਫੌਜ ਨੇ ਘੇਰਾ ਪਾ ਲਿਆ ਸੀ। ਅਤੇ ਹੁਣ ਪਰਮ ਸਤਿਕਾਰਯੋਗ ਸਾਧ ਸਿੰਘ ਜਸਵੀਰ ਸਿੰਘ ਜੀ ਹੋਰੀ ਜਿਹੜਾ ਆਪਣੀਆਂ ਵਾਰਾਂ ਦੇ ਨਾਲਾਂ ਅੱਜ ਦੇ ਅਸੀਂ ਜੰਗੀ ਦ੍ਰਿਸ਼ ਨੂੰ ਤੁਹਾਡੇ ਸਾਹਮਣੇ ਲਿਆਉਣਗੇ। 10 ਬੇਨਤੀ ਕਰਦਾ ਵੇ ਇੱਕ ਘੰਟੇ ਦਾ ਸਮਾਂ ਕਮੇਟੀ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਅਤੇ ਸੰਗਤਾਂ ਨੂੰ ਇੱਕ ਘੰਟੇ ਲਈ ਉਹ ਨਿਹਾਲ ਕਰਨ ਦੀ ਕਿਰਪਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ।